ਜੌਂ ਦੀ ਫਸਲ ਬਾਰੇ ਆਮ ਜਾਣਕਾਰੀ। ਜੌਂ ਇੱਕ ਅਨਾਜ ਦੀ ਫਸਲ ਹੈ ਜੋ ਸਰਦੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ। ਇਸ ਫਸਲ ਨੂੰ ਪਸ਼ੂਆਂ ਦੀ ਖੁਰਾਕ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਮਾਂ ਵਿੱਚ ਵਰਤਿਆ ਜਾਂਦਾ ਹੈ, ਕਿਉਂਕਿ ਇਸ ਵਿੱਚ ਬਹੁਤ ਸਾਰੇ ਪ੍ਰੋਟੀਨ ਅਤੇ ਖਣਿਜ ਪਦਾਰਥ ਪਾਏ ਜਾਂਦੇ ਹਨ ਜੋ ਕਿ ਕਈ ਬਿਮਾਰੀਆਂ ਦੀ ਰੋਕਥਾਮ ਲਈ ਫਾਇਦੇਮੰਦ ਹੁੰਦੇ ਹਨ, ਜਿਵੇਂ ਕਿ ਬਲੱਡ ਪ੍ਰੈਸ਼ਰ, ਹੱਡੀਆਂ ਦੀ ਤੰਦਰੁਸਤੀ, ਕੈਂਸਰ ਕੰਟਰੋਲ, ਭੋਜਨ ਦਾ ਪਚਣਾ ਆਦਿ। ਇਸ ਨੂੰ ਹਰ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਕਾਲੀ, ਲਾਲ ਅਤੇ ਰੇਤਲੀ ਮਿੱਟੀ ਵਿੱਚ ਲਗਾਇਆ ਜਾ ਸਕਦਾ ਹੈ। ਇਸ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ PL 807, PL 172, PL 426, DWR VB 52। ਇਹਨਾਂ ਕਿਸਮਾਂ ਦਾ ਝਾੜ 14 ਕੁਇੰਟਲ ਤੋਂ ਲੈ ਕੇ 20 ਕੁਇੰਟਲ ਤੱਕ ਹੈ। ਇਹ ਕਿਸਮਾਂ 125 ਤੋਂ 135 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ। ਖੇਤ ਦੀ ਤਿਆਰੀ। ਖੇਤ ਨੂੰ 2 ਤੋਂ 3 ਵਾਰ ਵਾਹ ਕੇ ਸੁਹਾਗਾ ਮਾਰ ਕੇ ਤਿਆਰ ਕਰਨਾ ਚਾਹੀਦਾ ਹੈ ਅਤੇ ਫਿਰ ਬਿਜਾਈ ਕਰਨੀ ਚਾਹੀਦੀ ਹੈ। ਬਿਜਾਈ ਦਾ ਸਮਾਂ। ਜੌਂ ਦੀ ਬਿਜਾਈ ਦਾ ਸਹੀ ਸਮਾਂ 15 ਅਕਤੂਬਰ ਤੋਂ 15 ਨਵੰਬਰ ਤੱਕ ਹੁੰਦਾ ਹੈ। ਬੀਜ ਦੀ ਮਾਤਰਾ। ਇਸ ਫਸਲ ਦੀ ਵਧੀਆ ਪੈਦਾਵਾਰ ਲਈ 35 ਤੋਂ 40 ਕਿਲੋ ਬੀਜ ਪ੍ਰਤੀ ਏਕੜ ਲਈ ਕਾਫੀ ਹੁੰਦਾ ਹੈ। ਬਿਜਾਈ ਦਾ ਤਰੀਕਾ। ਇਸ ਦੀ ਬਿਜਾਈ ਅਸੀਂ ਆਧੁਨਿਕ ਮਸ਼ੀਨਾਂ ਨਾਲ ਕਰ ਸਕਦੇ ਹਾਂ। ਬੀਜ ਦਾ ਉਪਚਾਰ। ਬਿਜਾਈ ਤੋਂ ਪਹਿਲਾਂ ਬੀਜ ਦਾ ਉਪਚਾਰ ਕਿਸੇ ਵੀ ਫੰਗਸ ਨਾਸ਼ੀ ਦਵਾਈ ਜਿਵੇਂ ਕਿ ਵੀਟਾਵੈਕਸ, ਰੈਕਸਿਲ 2 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਉੱਤੇ ਲਾ ਕੇ ਕਰ ਸਕਦੇ ਹਾਂ। ਖਾਦਾਂ। ਇਸ ਫਸਲ ਦੀ ਵਧੀਆ ਪੈਦਾਵਾਰ ਲਈ 55 ਕਿਲੋ ਯੂਰੀਆ, 25 ਤੋਂ 30 ਕਿਲੋ DAP ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪਾਉਣੀ ਚਾਹੀਦੀ ਹੈ। ਨਦੀਨਾਂ ਦੀ ਰੋਕਥਾਮ। ਨਦੀਨਾਂ ਦੀ ਰੋਕਥਾਮ ਲਈ ਈਸਟਰ 250 ਮਿਲੀਲੀਟਰ 200 ਲੀਟਰ ਪਾਣੀ ਵਿੱਚ ਪਾ ਕੇ ਬਿਜਾਈ ਤੋਂ ਪਹਿਲਾਂ ਪ੍ਰਤੀ ਏਕੜ ਵਿੱਚ ਛਿੜਕਾਅ ਕਰੋ। ਸਿੰਚਾਈ। ਜੌਂ ਦੀ ਫਸਲ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ। ਇਸ ਫਸਲ ਨੂੰ 2 ਜਾਂ 3 ਪਾਣੀ ਬਹੁਤ ਹੁੰਦੇ ਹਨ। ਇਸ ਫਸਲ ਨੂੰ ਲੱਗਣ ਵਾਲੀਆਂ ਬਿਮਾਰੀਆਂ ਜਿਵੇਂ ਪੱਤਿਆਂ ਤੇ ਪੀਲੀਆਂ ਧਾਰੀਆਂ, ਪੱਤਿਆਂ ਉੱਪਰ ਪੀਲੇ ਧੱਬੇ, ਇਹਨਾਂ ਬਿਮਾਰੀਆਂ ਦੀ ਰੋਕਥਾਮ ਲਈ ਫੋਲੀਕਰ 200 ਮਿਲੀਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਕਟਾਈ। ਵੱਡੇ ਪੱਧਰ ਤੇ ਜੌਂ ਦੀ ਫਸਲ ਦੀ ਕਟਾਈ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ ਅਤੇ ਛੋਟੇ ਪੱਧਰ ਤੇ ਇਸ ਦੀ ਕਟਾਈ ਹੱਥਾਂ ਨਾਲ ਕੀਤੀ ਜਾਂਦੀ ਹੈ।